ਪਾਕਿਸਤਾਨ ਗੁਰਦੁਆਰਾ ਜੀ ਹਮਲਾ ਜਿਹੜਾ ਦੱਸਦਾ ਜੀ। ਦੇਖੋ, ਜੋ ਪਾਕਿਸਤਾਨ ਦੇ ਨਨਕਾਣਾ ਸਾਹਿਬ 'ਚ ਹੋਇਆ ਹੈਗਾ, ਜਾਂ ਪੇਸ਼ਾਵਰ 'ਚ ਲਾਗੇ ਇੱਕ ਪੱਤਰਕਾਰ ਦੇ ਭਰਾ ਨੂੰ ਗੋਲੀ ਮਾਰੀ ਗਈ ਹੈਗੀ ਹੈ, ਜਿਹੜਾ ਵਿਆਹ ਦੇ ਸਮਾਨ ਦੀ ਖਰੀਦਦਾਰੀ ਕਰਨ ਗਿਆ ਸੀਗਾ, ਦੋਨੇ ਮੰਦਭਾਗੀਆਂ ਘਟਨਾਵਾਂ ਹੈਗੀਆਂ। ਸਮਾਜ 'ਚ ਇਹਨਾਂ ਘਟਨਾਵਾਂ ਵਾਸਤੇ ਕੋਈ ਥਾਂ ਨਹੀਂ ਹੈਗੀ ਹੈ, ਇਹਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈਗੀ ਹੈ। ਅਤੇ ਪਾਕਿਸਤਾਨ ਸਰਕਾਰ ਨੇ ਅਪਰੋਪਰੀਏਟਲੀ ਉਹਨਾਂ ਘਟਨਾਵਾਂ ਦੇ ਖਿਲਾਫ ਐਕਸ਼ਨ ਲਿਆ ਔਰ ਬੰਦਾ ਗ੍ਰਿਫਤਾਰ ਕੀਤਾ, ਅਤੇ ਉੱਥੇ ਦੇ ਪ੍ਰਸ਼ਾਸਨ ਨੇ, ਉੱਥੇ ਦੀ ਜਿਹੜੀ ਪੋਲੀਟੀਕਲ ਕਲਾਸ ਹੈ, ਸਾਰਿਆਂ ਨੇ ਇਕੱਠੇ ਹੋ ਕੇ ਉੱਥੇ ਸਿੱਖ ਭਾਈਚਾਰੇ ਨੂੰ ਯਕੀਨ ਦਵਾਇਆ ਹੈਗਾ ਕਿ ਅਜਿਹੇ ਸਿਰਫਿਰੇ ਵਿਅਕਤੀਆਂ ਨੂੰ ਅਸੀਂ ਮਤਲਬ ਬੜੇ ਜ਼ੋਰ ਨਾਲ ਦੱਬਾਂਗੇ, ਨੱਪਾਂਗੇ, ਅਤੇ ਕਿਸੇ ਨੂੰ ਵੀ ਜਿਹੜਾ ਉੱਥੇ ਇਹ ਕੁਛ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਤੇ ਮੈਨੂੰ ਲੱਗਦਾ ਕਿ ਇਹ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਚਾਹੀਦਾ ਹੈਗਾ ਕਿ ਜਿੱਥੇ ਆਪਾਂ ਪਾਕਿਸਤਾਨ ਦੇ ਪੁਤਲੇ ਫੂਕਦੇ ਹੈਗੇ ਹਾਂ, ਇਹਨਾਂ ਦਾ ਆਪਣਾ ਟਰੈਕ ਰਿਕਾਰਡ ਕੀ ਹੈ ਘੱਟ ਗਿਣਤੀਆਂ ਦੇ ਖਿਲਾਫ, ਚਾਹੇ ਉਹ 84 ਦੇ ਸਿੱਖ ਵਿਰੋਧੀ ਕਤਲੇਆਮ ਹੋਵੇ, ਚਾਹੇ ਉਹ 2002 'ਚ ਗੁਜਰਾਤ ਦਾ ਕਤਲੇਆਮ ਹੋਵੇ, ਚਾਹੇ ਹਿੰਦੁਸਤਾਨ ਦੇ ਇੱਕ ਜਾਂ ਦੂਜੇ ਕੋਨੇ 'ਚ ਨਿਤ ਰੋਜ਼ ਦਲਿਤਾਂ ਉੱਤੇ ਅਤੇ ਘੱਟ ਗਿਣਤੀਆਂ ਉੱਤੇ, ਜੋ ਜਿਹੜੇ ਬੱਚੇ ਸਟੇਨਸ ਬ੍ਰਦਰ ਦੇ ਗ੍ਰਾਮ ਸਟੇਨ ਦੇ ਬੱਚੇ ਜਲਾਏ ਸੀਗੇ ਚਰਚ ਤੋਂ ਬਾਹਰ, ਚਰਚਾਂ ਨੂੰ ਅੱਗ ਲਾਈ ਜਾਂਦੀ ਹੈ, ਮਸਜਿਦਾਂ ਅਟੈਕ ਕੀਤੇ ਜਾਂਦੇ ਆ, ਬਾਬਰੀ ਮਸਜਿਦ ਢਾਈ ਗਈ ਹੈਗੀ ਹੈ, ਜਿਹੜਾ ਕਿ ਬੜੇ ਕੰਟਰੋਵਰਸ਼ੀਅਲ ਉੱਥੇ ਉਹਨੂੰ ਬਣਾ ਕੇ ਮੁੱਦਾ 'ਤੇ ਹੁਣ ਉੱਥੇ ਮੰਦਿਰ ਬਣ ਰਿਹਾ ਹੈਗਾ। ਮੈਂ ਕਿਸੇ ਮੰਦਿਰ ਦੇ ਖਿਲਾਫ਼ ਨਹੀਂ, ਮੈਨੂੰ ਕੁਐਸਚਨ ਇਹ ਹੈ ਕਿ ਕੀ ਭਾਰਤ ਵਿੱਚ ਤੁਸੀਂ ਘੱਟ ਗਿਣਤੀ ਨੂੰ ਬਰਾਬਰ ਦਾ ਦਰਜਾ ਦਿੰਦੇ ਹੋ, ਬਰਾਬਰ ਦਾ ਸਲੂਕ ਕਰਦੇ ਹੋ, ਬਰਾਬਰ ਦੇ ਸ਼ਹਿਰੀ ਮੰਨਦੇ ਹੋ, ਜਿਹੜਾ ਤੁਸੀਂ ਪਾਕਿਸਤਾਨ ਵਾਲੇ ਰੌਲਾ ਪਾ ਰਹੇ ਹੋ? ਮੈਂ ਨਹੀਂ ਕਹਿੰਦਾ ਪਾਕਿਸਤਾਨ ਠੀਕ ਹੈ, ਪਾਕਿਸਤਾਨ ਸਭ ਤੋਂ ਵੀ ਗਲਤ ਹੈਗਾ, ਪਰ ਤੁਸੀਂ ਆਪਣਾ ਵੀ ਟਰੈਕ ਰਿਕਾਰਡ ਦੇਖੋ ਨਾ ਕਿ ਤੁਸੀਂ ਕੀ ਕਰ ਰਹੇ ਹੋ। ਕਾਂਗਰਸ ਰਾਜ ਵੇਲੇ ਕੀ ਕੁਛ ਨਹੀਂ ਹੋਇਆ, ਉਹਦੇ ਸਿੱਖਾਂ ਦੇ ਕਤਲੇਆਮ ਹੋਇਆ, ਮੋਦੀ ਸਾਹਿਬ ਨੇ ਗੁਜਰਾਤ ਵਿੱਚ ਮੁਸਲਮਾਨ ਦਾ ਕਤਲੇਆਮ ਕੀਤਾ ਹੈਗਾ। ਸੋ ਜੇ ਕਿਤੇ ਵੀ ਕਤਲ ਹੁੰਦਾ, ਕਿਤੇ ਵੀ ਕਿਸੇ ਵੀ ਧਾਰਮਿਕ ਥਾਂ ਦੀ ਜੇ ਬੇਹੁਰਮਤੀ ਹੁੰਦੀ ਹੈ ਤਾਂ ਇਹ ਮੰਦਭਾਗੀ ਘਟਨਾ ਹੈਗੀ, ਪਰ ਇਹਨੂੰ ਮੁੱਦਾ ਬਣਾ ਕੇ ਦੋਹਾਂ ਮੁਲਕਾਂ ਵਿਚਕਾਰ ਨਫ਼ਰਤ ਦੇ ਬੀਜ ਬੀਣੇ, ਜਾਂ ਮਤਲਬ ਪੁਤਲੇ ਫੂਕਣੇ ਹੈਗੇ ਆ। ਦੇਖੋ, ਜੋ ਪੰਜਾਬ ਦਾ ਭਲਾ ਹੈਗਾ, ਪੰਜਾਬ ਦੇ ਕਲਿਆਣ ਦਾ ਇੱਕ ਰਸਤਾ ਬਾਇਆ ਪਾਕਿਸਤਾਨ ਸੈਂਟਰਲ ਏਸ਼ੀਆ ਨੂੰ ਜਾਂਦਾ ਹੈ। ਜਦ ਤੱਕ ਪੰਜਾਬ ਦੀ ਦੋਸਤੀ ਨਹੀਂ ਹੁੰਦੀ ਹਿੰਦੁਸਤਾਨ ਦੀ ਪਾਕਿਸਤਾਨ ਨਾਲ, ਔਰ ਹਿੰਦੁਸਤਾਨ ਪਾਕਿਸਤਾਨ ਸੰਬੰਧ ਸਖਾਵੇਂ ਨਹੀਂ ਹੁੰਦੇ, ਵਪਾਰ ਨਹੀਂ ਵੱਧਦਾ, ਲੋਕਾਂ ਦੀ ਆਵਾਜਾਈ ਨਹੀਂ ਵੱਧਦੀ ਹੈਗੀ ਹੈ, ਔਰ ਸਾਨੂੰ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਨੂੰ ਉੱਥੇ ਤੱਕ ਸਾਨੂੰ ਖੁੱਲ੍ਹ ਨਹੀਂ ਮਿਲਦੀ ਜਾਣ ਦੀ, ਅਤੇ ਉਹਦੇ ਰਾਹੀਂ ਅਸੀਂ ਗਵਾਦਰ ਸੀ ਪੋਰਟ 'ਤੇ ਪਹੁੰਚ ਕੇ ਜਿਹੜੀ ਸੈਂਟਰਲ ਏਸ਼ੀਆ ਦੇ ਮੁਲਕ ਹੈ, ਜਿਹੜੇ ਮੱਧ ਏਸ਼ੀਆ ਦੇ, ਉਹਨਾਂ ਨਾਲ ਸਿਹਰੇ 10-15 ਮੁਲਕ ਹੈ, ਸਾਡਾ ਵਪਾਰ ਨਹੀਂ ਸ਼ੁਰੂ ਹੁੰਦਾ, ਉਦ ਤੱਕ ਪੰਜਾਬ ਦਾ ਕਲਿਆਣ ਨਹੀਂ ਹੋ ਸਕਦਾ। ਪੰਜਾਬ ਦਾ ਕਲਿਆਣ ਜੋ ਅੱਜ ਸਿਆਸਤ ਚੱਲਦੀ ਪਈ ਹੈ, ਜੋ ਪੰਜਾਬ ਕੋਲ ਸਾਧਨਾ ਸਰੋਤਾਂ ਦੀ ਬੜੀ ਘਾਟ ਹੈ, ਅਸੀਂ ਲੈਂਡ ਲੌਗ ਸਟੇਟ ਹੈ, ਸਾਡੇ ਪਾਣੀ ਲੁੱਟੇ ਗਏ, ਸਾਡੇ ਸਾਧਨ ਲੁੱਟੇ ਗਏ, ਸਾਡਾ ਸਾਰਾ ਕੁਛ ਦਾ ਅਮਲ ਪੰਜਾਬ ਦਾ ਜੋ ਸੈਂਟਰ ਸਰਕਾਰ ਨੇ ਅਤੇ ਇੱਥੋਂ ਦੀਆਂ ਰਾਜ ਕਰਦਾ ਦੋਨਾਂ ਪਾਰਟੀਆਂ ਨੇ, ਜੋ ਪੰਜਾਬ ਜਿੱਥੇ ਪਹੁੰਚਾ ਦਿੱਤਾ ਮੰਦਹਾਲੀ ਦੀ ਹਾਲਤ ਵਿੱਚ, ਕੰਗਾਲੀ ਦੀ ਹਾਲਤ ਵਿੱਚ, ਉਹ ਤੋਂ ਨਿਕਲਦਾ ਇੱਕੋ ਰਸਤਾ ਹੈ ਕਿ ਸਾਨੂੰ ਪਾਕਿਸਤਾਨ ਥਰੂ ਸਾਡਾ ਬਾਰਡਰ ਖੁੱਲ੍ਹੇ, ਸਾਡੀ ਪਾਕਿਸਤਾਨ ਨਾਲ ਸਾਨੂੰ ਦੋਸਤੀ ਚਾਹੀਦੀ ਹੈ, ਸ਼ਾਂਤੀ ਚਾਹੀਦੀ ਹੈ ਬਾਰਡਰ 'ਤੇ, ਅਤੇ ਸਾਨੂੰ ਚਾਈਨਾ ਪਾਕਿਸਤਾਨ ਕੋਰੀਡੋਰ ਰਾਹੀਂ ਗਵਾਦਰ ਸੀ ਪੋਰਟ ਤੋਂ ਅੱਗੇ ਉੱਥੇ ਪਹੁੰਚਣਾ ਚਾਹੀਦਾ, ਅਤੇ ਉਹ ਤੋਂ ਅੱਗੇ ਸਾਡੇ ਵਪਾਰੀਆਂ ਨੂੰ ਕੰਮ ਮਿਲ ਜਾਊਗਾ, ਸਾਡੇ ਨੌਜਵਾਨਾਂ ਨੂੰ ਕੰਮ ਮਿਲ ਜਾਊਗਾ, ਸਾਡੇ ਕਿਸਾਨਾਂ ਦੀ ਫਸਲਾਂ ਦਾ ਭਾਅ ਠੀਕ ਮਿਲਣ ਲੱਗ ਪਊਗਾ। ਬਹੁਤ ਵੱਡੀ ਮਾਰਕੀਟ ਹੈ ਅੱਜ, ਦੁਨੀਆ ਵਪਾਰ ਦੇ ਸਿਰ 'ਤੇ ਚੱਲਦੀ ਪਈ ਹੈ, ਦੁਨੀਆ ਟ੍ਰੇਡ ਦੇ ਸਿਰ 'ਤੇ ਚੱਲਦੀ ਪਈ ਹੈ, ਔਰ ਜੇ ਪਾਕਿਸਤਾਨ ਪੰਗਾ ਕੋਈ ਲਈ ਜਾਊ ਤਾਂ ਪਾਕਿਸਤਾਨ ਖਿਲਾਫ ਮਾਹੌਲ ਬਣਾਈ ਜਾਊਗਾ, ਤਾਂ ਉਹ ਪੰਜਾਬ ਦਾ ਦੁਸ਼ਮਣ ਹੈ। ਮੈਂ ਕਹਿੰਦਾ ਜਿਹਨਾਂ ਨੇ ਕੱਲ੍ਹ ਮੁਜ਼ਾਹਰਾ ਕੀਤਾ, ਉਹ ਪੰਜਾਬ ਦੇ ਦੁਸ਼ਮਣ ਹੈਗੇ, ਜਿਹੜੇ ਨਹੀਂ ਚਾਹੁੰਦੇ ਕਿ ਪਾਕਿਸਤਾਨ ਨਾਲ ਸਾਡੀ ਦੋਸਤੀ ਹੋਵੇ। ਮਹਾਰਾਣੀ ਪਨੀਤ ਕੌਰ ਨੇ ਪੁੱਤਰਾ ਫੂਕਿਆ ਗੱਲ ਪਾ, ਬਹੁਤ ਘਟੀਆ। ਮਹਾਰਾਣੀ ਪਨੀਤ ਕੌਰ ਦਾ ਬਜ਼ੁਰਗ ਲੀਡਰ ਹੈਗੇ, ਮੈਂ ਉਹਦੀ ਇੱਜ਼ਤ ਕਰਦਾ, ਪਰ ਜਿਹੜਾ ਆਹ ਉਹਨਾਂ ਕੰਮ ਕੀਤਾ ਹੈਗਾ, ਔਰ ਜੋ ਪਾਕਿਸਤਾਨ ਦੇ ਖਿਲਾਫ਼ ਜੋ ਇੱਕ ਭੜਕਾਹਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ, ਪਾਕਿਸਤਾਨ ਨੂੰ ਨਿਸ਼ਾਨਾ ਬਣਾ ਕੇ ਉੱਥੇ ਪ੍ਰਧਾਨ ਮੰਤਰੀ ਪੁਤਲਾ ਫੂਕਿਆ ਹੈਗਾ, ਇਹਨਾਂ ਜੋ ਹਿੰਦ ਪਾਕ ਦੋਸਤੀ ਸੰਭਾਵਨਾਵਾਂ ਹੈਗੀਆਂ ਉਹ ਮੱਧਮ ਪੈਂਦੀਆਂ ਹੈਗੀਆਂ, ਅਤੇ ਹਿੰਦੁਸਤਾਨ ਪਾਕਿਸਤਾਨ ਦੇ ਸੰਬੰਧ ਸੋਧਨ ਦਾ ਜੋ ਅਮਲ ਹੈਗਾ ਉਹ ਮੱਧਮ ਪੈਂਦਾ ਹੈਗਾ। ਸੋ ਇਹਨਾਂ ਨੇ ਪੰਜਾਬ ਨਾਲ ਵੀ ਮਤਲਬ ਬੇਵਫਾਈ ਕੀਤੀ ਹੈ, ਉਹ ਇਹ ਜਿਹੜਾ ਹਿੰਦੁਸਤਾਨ ਦੇ ਮਤਲਬ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਪੁਤਲਾ ਫੂਕ ਕੇ ਕਸ਼ੀਦਗੀ ਨੂੰ ਪੈਦਾ ਕਰਕੇ ਦੋਨਾਂ ਮੁਲਕਾਂ ਵਿਚਕਾਰ।
ਸਿੱਧੂ ਸਾਧੂ ਕੀ ਬਿਆਨ ਨਹੀਂ ਆਇਆ, ਸਿੱਧੂ ਜੀ ਨੇ ਲੰਗਰ ਖਲਵਾਇਆ ਸੀ ਆਸ਼ਰਿਆ ਸਾਧੂ ਦੇਖੋ ਸਿੱਧੂ ਸਾਹਿਬ ਲਾਂਘਾ ਖਲਵਾ ਤਾ ਕੀ ਜੁਰਮ ਕਰਤਾ ਉਹਨਾਂ ਨੇ, ਇਹ ਸਿੱਧੂ ਜੱਫੀਉਣ ਲਈ ਬੈਠੇ ਹੈਗੇ ਆ ਅਤੇ ਉਹਨਾਂ ਨੇ ਸਿੱਧੂ ਸਾਹਿਬ ਨੇ ਇੱਕ ਪ੍ਰਕਿਰਿਆ ਸ਼ੁਰੂ ਕੀਤੀ ਹੈਗੀ ਹੈ, ਠੀਕ ਆ ਪਾਕਿਸਤਾਨ ਦੇ ਆਪਣੇ ਹਿੱਤ ਵੀ ਹੋਣਗੇ, ਪਰ ਜੋ ਪੰਜਾਬ ਦੀ ਲੱਖਾਂ ਲੋਕਾਂ ਦੀਆਂ ਅਰਦਾਸਾਂ ਸਿਰੇ ਚੜ੍ਹੀਆਂ, ਕੋਈ ਨਾ ਕੋਈ ਜ਼ਰੀਆ ਦਾ ਬਣਦਾ ਹੈ ਨਾ, ਸਿੱਧੂ ਸਾਹਿਬ ਦਾ ਜ਼ਰੀਆ ਬਣੇ ਹੈਗੇ ਆ। ਜੇ ਪੰਜਾਬ ਦੀ ਮੌਜੂਦਾ ਪੋਲੀਟੀਕਲ ਕਲੱਬ ਹੈ ਕਾਂਗ ਪਾਰਟੀਆਂ ਇਹ ਨਹੀਂ ਬਣ ਸਕਦੀਆਂ ਸੀ, ਇੱਕ ਸੈਂਟਰ ਨਹੀਂ ਬਣ ਸਕਦਾ ਸੀਗਾ, ਤਾਂ ਸਿੱਧੂ ਸਾਹਿਬ ਨੇ ਆਪਣੀ ਦੋਸਤੀ ਦਾ ਹਵਾਲਾ ਦੇ ਕੇ ਜਾਂ ਦੋਸਤੀ ਦੀ ਕਦਰ ਕਰਦਿਆਂ ਹੋਇਆਂ ਪਾਕਿਸਤਾਨ ਨੇ ਜੇ ਕੀਤਾ ਹੈਗਾ ਹੈ, ਤਾਂ ਸਿੱਧੂ ਸਾਹਿਬ ਹਰ ਗੱਲ ਦਾ ਥੋੜ੍ਹੀ ਜਵਾਬ ਦੇ ਥੋੜ੍ਹੀ ਹੈਗੇ। ਜਾਂ ਹੁਣ ਅੱਜ ਜਿਹੜੀ ਬੀਜੇਪੀ ਸਿੱਧੂ ਸਾਹਿਬ ਨੂੰ ਕਹਿ ਰਹੀ ਸਿੱਧੂ ਕਿੱਥੇ ਹੈਗਾ ਹੈ, ਸਿੱਧੂ ਨੇ ਕੀ ਪਾਪ ਕਰ ਦਿੱਤਾ, ਪੰਜਾਬ ਦਾ ਭਲਾ ਹੀ ਕੀਤਾ, ਲੋਕਾਂ ਦਾ ਭਲਾ ਹੀ ਕੀਤਾ। ਤੁਹਾਨੂੰ ਲੱਗਦਾ ਪੁਤਲਾ ਫੂਕਣਾ ਸਹੀ ਹੈ, ਪਟਿਆਲੇ ਮਾਰਾ ਨਹੀਂ ਸਕਦਾ? ਪੁਤਲਾ ਫੂਕਣਾ ਗਲਤ ਹੈ, ਦੋਨਾਂ ਮੁਲਕਾਂ 'ਚ ਕਸ਼ੀਦਗੀ ਪੈਦਾ ਕਰਨੀ, ਦੋਨਾਂ ਮੁਲਕਾਂ 'ਚ ਦੁਸ਼ਮਨਾਨਾ ਮਾਹੌਲ ਨੂੰ ਹਵਾ ਦੇਣੀ, ਇਹ ਪੰਜਾਬ ਦੇ ਹਿੱਤ ਵਿੱਚ ਨਹੀਂ ਹੈਗਾ, ਇਹ ਮਨੁੱਖਤਾ ਦੇ ਹਿੱਤ ਵਿੱਚ ਨਹੀਂ ਹੈਗਾ। ਐਮਪੀ ਨੂੰ ਕੀ ਕਹਿਣਾ ਚਾਹੀਦਾ ਮਾਰਾ ਨਹੀਂ? ਮਹਾਰਾਣਾ ਨੂੰ ਐਮਪੀ ਦੇ ਤੌਰ 'ਤੇ ਲੀਡ ਨਹੀਂ ਕਰਨਾ ਚਾਹੀਦਾ ਸੀਗਾ। ਇੱਕ ਪਾਸੇ ਕੈਪਟਨ ਸਾਹਿਬ ਮਤਲਬ ਪਾਕਿਸਤਾਨ ਦੇ ਖਿਲਾਫ ਮਤਲਬ ਬਿਆਨ ਦਿੰਦੇ ਰਹਿੰਦੇ ਹੈਗੇ, ਹੁਣ ਮਹਾਰਾਣੀ ਸਾਹਿਬ ਵੀ ਬਿਆਨ ਦੇਣ ਲੱਗ ਪਏ ਹੈਗੇ, ਅਤੇ ਇੱਕ ਪਾਸੇ ਆਪਣੇ ਮੁਲਕ ਜੋ ਘੱਟ ਗਿਣਤੀ ਨਾਲ ਹੋਣ ਜਾ ਰਿਹਾ ਉਹਦੇ ਖਿਲਾਫ ਕਹਿੰਦੇ ਅਸੀਂ ਜਿਹੜੀ ਹੈ ਨੈਸ਼ਨਲ ਪਾਪੂਲੇਸ਼ਨ ਰਜਿਸਟਰ ਅਤੇ ਨੈਸ਼ਨਲ ਸਿਟੀਜ਼ਨ ਜਿਹੜੀ ਰਜਿਸਟਰ ਹੈਗਾ ਆ NRC ਅਤੇ CAA ਸਿਟੀਜ਼ਨ ਅਮੈਂਡਮੈਂਟ ਐਕਟ ਉਹਦਾ ਵਿਰੋਧ ਕਰ ਰਹੇ ਹੈਗੇ, ਅਤੇ ਦੂਜੇ ਪਾਸੇ ਪਾਕਿਸਤਾਨ ਦੇ ਖਿਲਾਫ ਮਾਹੌਲ ਬਣਾ ਰਹੇ ਹੈਗੇ। ਦੇਖੋ JNU ਜੋ ਹੋਇਆ ਹੈਗਾ ਬੜਾ ਮੰਦਭਾਗਾ ਹੋਇਆ ਹੈਗਾ ਹੈ, ਔਰ JNU ਇੱਕ ਅਜਿਹਾ ਕਿਲ੍ਹਾ ਹੈਗਾ ਹੈ ਜਿੱਥੇ ਵਿਦਿਆਰਥੀ ਸਰਗਰਮ ਰਾਜਨੀਤੀ ਦਾ ਇੱਕ ਸ਼ੌਕ ਰੱਖਦੇ ਹੈਗੇ, ਔਰ ਉੱਥੋਂ ਬੜੇ ਬੜੇ ਸਕਾਲਰ ਨੋਬਲ ਲੋਰੀਏਟ ਅਤੇ ਬੜੇ ਬੜੇ ਸਿਆਸਤਦਾਨ ਅਰੁਣ ਜੇਟਲੀ ਤੋਂ ਲੈ ਕੇ ਸੀਤਾਰਾਮ ਯੇਚਰੀ ਤੱਕ, ਅਤੇ ਮੌਜੂਦਾ ਜਿਹੜੇ ਮਿਸਟਰ ਆਪਣੇ ਮੌਜੂਦਾ ਫੋਰਨ ਮਿਨਿਸਟਰ ਹੈਗੇ ਉਹਨਾਂ ਤੋਂ ਲੈ ਕੇ ਨਿਰਮਲਾ ਸੀਤਾਰਮਨ ਜਿਹੜੀ ਕਿ ਫਾਈਨੈਂਸ ਮਿਨਿਸਟਰ ਹੈ, ਇਹ ਸਾਰੇ JNU ਦਾ ਪ੍ਰੋਡਕਟ ਹੈਗੇ ਆ। JNU ਨੇ ਬਹੁਤ ਹੀ ਟੈਲੈਂਟ ਪੈਦਾ ਕੀਤਾ, ਔਰ ਦੁਨੀਆ ਦੀਆਂ ਬਿਹਤਰੀਨ ਯੂਨੀਵਰਸਿਟੀਆਂ ਇੱਕ ਯੂਨੀਵਰਸਿਟੀ ਹੈਗੀ ਹੈ, ਪਰ ਉੱਥੇ ਵਿਚਾਰਾਂ ਦੀ ਆਜ਼ਾਦੀ, ਧਾਰਮਿਕ ਸਦਭਾਵ, ਅਤੇ ਉੱਥੇ ਫਿਰਕਾ ਪ੍ਰਸਤੀ ਦੇ ਖਿਲਾਫ ਲਗਾਤਾਰ ਇੱਕ ਮਾਹੌਲ ਰਿਹਾ ਹੈਗਾ, ਜਿਸ ਕਰਕੇ ਉੱਥੇ ਖੱਬੇ ਪੱਖੀ ਜਥੇਬੰਦੀਆਂ ਜਿਹੜੀਆਂ ਕਿ ਧਰਮ ਪੱਖਤਾ ਯਕੀਨ ਰੱਖਦੀਆਂ, ਜਮਹੂਰੀ ਯਕੀਨ ਰੱਖਦੀਆਂ ਹੈਗੀਆਂ, ਉਹ ਉੱਥੇ ਜਿੱਦੀਆਂ ਆ ਰਹੀਆਂ, ਅਤੇ BJP ਅਨੇਕਾਂ ਕੋਸ਼ਿਸ਼ ਹੱਥ ਕੱਢਣ ਦੇ ਬਾਵਜੂਦ ਅੱਜ ਤੱਕ ਉੱਥੇ ਪੈਰ ਨਹੀਂ ਜਮਾ ਸਕੀ। ਇਹਨਾਂ ਦੀ ਅੱਖਾਂ 'ਚ JNU ਪਿਛਲੇ 5 ਸਾਲ ਤੋਂ ਰੜਕ ਰਹੀ ਹੈ, ਕਦੀ ਉੱਥੇ ਟੋਕੜਾ ਟੁਕੜਾ ਗੈਂਗ ਦੀ ਗੱਲ ਕਰਦੇ, ਕਦੀ ਨਕਸਲ ਅਰਬਨ ਨਕਸਲ ਦੀ ਗੱਲ ਕਰਦੇ ਹੈਗੇ, ਅਤੇ ਲਗਾਤਾਰ ਇਹ ਉਹਨਾਂ ਉਸ ਕਿਲੇ ਨੂੰ ਢਹਿ ਕਰਨ ਵਾਸਤੇ ਭਾਜਪਾ ਅਤੇ RSS ਦੋਨੋਂ ਕੋਸ਼ਿਸ਼ ਕਰ ਰਹੀਆਂ ਨੇ। ਅਤੇ ਹੁਣ ਫੀਸਾਂ ਦਾ ਮੁੱਦਾ ਚੱਲਦਾ ਪਿਆ, ਉਸ ਵੇਲੇ ਜੋ ਮਾੜੀ ਮੋਟੀ ਕਸ਼ੀਦਗੀ ਪੈਦਾ ਹੋਈ, ਜੋ ਟੈਨਸ਼ਨ ਪੈਦਾ ਹੋਈ ਹੈ, ਅਤੇ ਦੂਜੇ ਪਾਸੇ NRSC ਅਤੇ CAA ਦੇ ਖਿਲਾਫ ਜੋ ਕਿ ਜਾਮੀਆ ਮਿਲੀਆ ਅਤੇ JNU ਅਤੇ ਦਿੱਲੀ ਯੂਨੀਵਰਸਿਟੀ ਅਤੇ ਅਲੀਗੜ੍ਹ ਜਾਂ ਸਾਰੇ ਹਿੰਦੂ ਯੂਨੀਵਰਸਿਟੀਆਂ ਜੋ ਇੱਕ ਮਾਹੌਲ ਬਣਿਆ ਸਥਾਪਤੀ ਦੇ ਖਿਲਾਫ, ਸਰਕਾਰ ਦੇ ਖਿਲਾਫ, ਉਹਦੇ ਸਾਰੇ ਕੁਛ ਨੂੰ ਉਹਨਾਂ ਨੂੰ ਲੱਗਦਾ ਕਿ ਇਸ ਬਹਾਨੇ ਅੱਜ ਕੱਲ੍ਹ ਪਹਿਲਾਂ ਉਹਨੇ ਜਾਮੀਆ ਲਈ ਚੜ੍ਹਾਈ ਕੀਤੀ ਹੈਗੀ ਹੈ, ਇੱਥੇ ਅੱਜ ਕੱਲ੍ਹ ਪਰਸੋਂ JNU ਨੇ ਆਪ ਸਿੱਧੀ ਚੜ੍ਹਾਈ ਕਰਨੀ ਮੁਸ਼ਕਲ ਸੀਗੀ, ਸੋ ਆਪਣੇ ਜਿਹੜੇ ਆਪਣੇ ਬੰਦੇ ਸੀਗੇ ਜਾਂ ਗੂਨ ਸੀਗੇ ਉਹਨਾਂ ਦੇ ਨਾਲ ਉਹਨਾਂ ਨੇ ਜਿਸ ਤਰੀਕੇ ਨਾਲ ਹਮਲਾ ਕੀਤਾ, ਬੜਾ ਇੱਕ ਕਾਇਰਤਾਪੂਰਨ ਹਮਲਾ ਹੈਗਾ ਹੈ, ਔਰ ਬੜਾ ਇੱਕ ਟੈਰਿਸਟ ਟਾਈਪ ਮਤਲਬ ਆਤੰਕਵਾਦੀ ਟਾਈਪ ਦਾ ਹਮਲਾ, ਨਕਾਬ ਪਾ ਕੇ ਇੱਕ ਸੰਘਣੀ ਦਿੱਲੀ ਵਿੱਚ ਤੁਸੀਂ ਹੋਸਟਲਾਂ 'ਚ ਵੜਦੇ ਹੋ, ਬੱਚਿਆਂ ਨੂੰ ਕੁੱਟਦੇ ਹੋ, ਭੰਨ ਤੋੜ ਕਰਦੇ ਹੋ, ਇੱਕ ਕਿਹੋ ਜਿਹਾ ਰਾਜ ਹੈਗਾ ਕਿ ਤੁਹਾਡੇ ਖਿਆਲ ਹੈ ਕਿ ਸਰਕਾਰ ਦੀ ਮਿਲੀ ਭੁਗਤ ਅਤੇ VC ਦੀ ਮਿਲੀ ਭੁਗਤ ਅਤੇ ਉਹ ਪੁਲਿਸ ਦੀ ਮਿਲੀ ਭੁਗਤ ਬਗੈਰ ਹੋ ਗਿਆ? ਹਜ਼ਾਰਾਂ ਸੈਂਕੜੇ ਪੁਲਿਸ ਵਾਲੇ ਬਾਹਰ ਖੜ੍ਹੇ ਸੀਗੇ, ਦਰਜਨਾਂ ਪੁਲਿਸ ਵਾਲੇ ਅੰਦਰ ਸੀਗੇ ਹੈਗਾ, ਕਿਉਂ ਨਹੀਂ ਉਹਨਾਂ ਨੇ ਚੈੱਕ ਕੀਤਾ ਕਿ ਜਿਹੜੇ ਨਕਾਬ ਪੋਸ਼ ਹੈ ਉਹਨਾਂ ਨੂੰ ਕਿਉਂ ਨਹੀਂ ਗ੍ਰਿਫਤਾਰ ਕੀਤਾ ਉਹਨਾਂ ਨੂੰ? ਠੀਕ ਹੈ ਜੀ।